ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਕਿ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ। ਤੇ ਅੱਜ ਵਿਖਾਲਦੇ ਆ ਤੁਹਾਨੂੰ ਆਪਣੇ ਪਿੰਡ ਦਾ ਵਿਆਹ, ਚਾਚੇ ਦੇ ਮੁੰਡੇ ਦਾ ਵਿਆਹ ਆ ਸਰੀਕੇ ਬਰਾਦਰੀ ਦੇ ਵਿੱਚ। ਤੇ ਓਏ ਸ਼ਾਬੂ ਇਧਰ ਨੂੰ ਟੋਰ ਵਿਖਾਲ ਆਪਣਾ, ਪਿੰਡ ਵਿਆਹ ਚੱਲਿਆ ਗਿਆ ਮੈਂ ਆਪਣੇ। ਆਹੋ ਅਜੇ ਟੋਰ ਤੇ ਕੱਢਣਾ ਆ। ਟੋਰ ਕੱਢ ਮੰਮੀ ਚਲਾਈ ਜਿਹੜੇ ਮੁੰਡੇ ਦੇ ਆਪਾਂ ਚੱਲੇ ਆ ਵਿਆਹ, ਇਸ ਮੁੰਡੇ ਨੇ ਮੈਨੂੰ ਮੇਰੇ ਵਿਆਹ ਦੇ ਉੱਤੇ ਸਗਨ ਵਾਲੇ ਦਿਨ ਤੇ ਬਰਾਤ ਵਾਲੇ ਦਿਨ ਪੱਗ ਬੰਨੀ ਸੀ। ਪੱਗ ਬੜੀ ਘੈਂਟ ਬੰਨਦਾ ਮੁੰਡਾ ਤੇ ਅੱਜ ਉਹਦਾ ਵਿਆਹ ਆ। ਹੈ ਅਸ਼ਰ ਕਹਿੰਦੇ ਆ ਮੁੰਡੇ ਨੂੰ, ਅਸ਼ਰ ਸਾਹਿਬ। ਓਏ ਕਰਨ ਆ ਜਾ, ਸੋਹਣਾ ਹੀ ਆ ਗਿਆ। ਓਏ ਚਲੋ ਚੱਲੀਏ, ਤੇ ਚਲੋ ਵਿਖਾਲਦੇ ਆ ਨਾਲੇ ਤੁਹਾਨੂੰ ਵਿਆਹ, ਤੇ ਨਾਲੇ ਵਿਖਾਲਾਂਗੇ ਵਿਆਹ ਲਈ ਨਵੀਂ ਜੋੜੀ। ਹੈ ਚੱਲੀਏ ਫਿਰ, ਮੇਕਅਪ ਨਹੀਂ ਮੈਂ ਕੀਤਾ ਹੈਗਾ। ਕੋਈ ਗੱਲ ਹੀ ਨਹੀਂ ਕੀਤਾ ਤੇ ਅੱਗੇ ਕਰਕੇ ਜਾਂਦੇ ਨਾਲ ਚੱਲੇ ਆ ਭਾਬੀ ਜੀ ਹੁਣੀ। ਚੱਲੀਏ ਕਿੱਦਾਂ ਦੀ ਲੱਗਣ ਦੀ? ਵਧੀਆ ਲੱਗਣ ਦੀ, ਵਿਆਹ ਚੱਲੀ। ਸੋ ਬਿਊਟੀਫੁਲ, ਸੋ ਬਿਊਟੀਫੁਲ। ਆਹ ਜਗਤ ਦੀ ਫੋਨ ਦੇ ਕੋਲ ਸੌਂ ਗਿਆ ਨਾ, ਗੁੱਸੇ ਚ। ਚਲੋ 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 ਤੁਹਾਨੂੰ ਵਿਖਾਲੀਏ ਪਿੰਡ ਦਾ ਵਿਆਹ ਫਿਰ। ਹੈ ਲਾਈਟ ਕੋਈ ਨਹੀਂ, ਉਸ ਜਾ ਕੇ ਸਾਨੂੰ ਜੀ ਸਾਫ ਹੋਣਾ ਨਹੀਂ। ਚਲੋ ਚਲੋ ਹਾਂਜੀ ਚੱਲੀਏ, ਚੱਲੀਏ ਚੱਲੀਏ। ਕਹਿ ਦੋ ਸਰਦਾਰ ਜੀ ਹਾਂਜੀ, ਕਹਿ ਦੋ ਹਾਂਜੀ, ਕਹਿ ਦੋ ਬਾਏ ਬਾਏ। ਕੀ ਕਹਿੰਦੀ ਆ? ਨਹੀਂ ਜਾਣ ਦੇਣਾ ਫੁੱਫੂਲਾ ਤੇ ਬਾਬਾ ਫੁੱਫੂਲਾ ਦੇ ਨਹੀਂ ਤੂੰ ਮੈਂ ਜਾਣਾ ਜਾਣਾ ਪਾਸੋ ਪਰਾਂ ਹਾਂ ਹਾਂਜੀ ਆਵਾਜ਼ ਮਾਰੋ ਫਿਰ ਪਾਪਾ। ਚੱਲੀਏ ਚਲੋ। ਓਏ ਇੱਧਰ ਹਾਂ, ਵੇਖ ਟੋਰਾਂ ਇੱਧਰ ਨੂੰ ਗੱਲ ਕਰਨ। ਵਾਹ ਵਾਹ, ਮੁੰਡੇ ਨੇ ਲਾਈ ਆ ਜਟਾਈ। ਹੈ ਪਿੱਛੇ ਬਾਜੀ ਹੈ, ਬਾਜੀ ਹੈ ਪਿੱਛੇ, ਬਾਜੂ ਵੀ ਅੜਾ ਉਹਦੀ ਜੈਕਟ ਫੱਬੀ ਇਹਨਾਂ ਨੂੰ। ਅੱਗੇ ਭਾਈਆ ਨੂੰ ਅਸੀਂ ਖੜਦੇ ਰਹੇ ਆ ਵਿਆਹ, ਅੱਜ ਭਾਈਆ ਸਾਨੂੰ ਲੈ ਕੇ ਚੱਲਿਆ ਵਿਆਹ। ਮੈਂ ਕਿਹਾ ਤੁਸੀਂ ਇਕੱਲੇ ਕਿੱਦਾਂ ਲੈ ਕੇ ਜਾਓ ਪਹਿਲੀ
ਲਿਜ਼ੀ ਲਿਜ਼ੀ ਨਾਲ ਹੈਗੇ ਹਾਂ ਪਰ ਆਪਾਂ ਆ ਹੋਰ ਸੱਤ ਨਹੀਂ ਉਦੋਂ ਵੀ ਗਏ ਸੀ ਜਦੋਂ ਗੁਰਦਾਸਪੁਰ ਹੀ ਗਏ ਸੀ ਪਰ ਮੈਂ ਨਾਲ ਵਿਆਹ ਨਹੀਂ ਗਈ ਮੈਂ ਘਰ ਸੀ ਪੁੱਛੇ ਕੀ ਸਾਹਿਬ ਕਿਹੜਾ ਬੜਾ ਪੁਰਾਣਾ ਮੁੱਢ ਵਾ ਹੈ ਮੇਰੀ ਤੇ ਸਾਹਿਬ ਦੀ ਮੈਚਿੰਗ ਹੋ ਗਈ ਅੱਜ ਰਿਕਸ਼ੇ ਨੂੰ ਵੀ ਰਿਸਕਾ ਕਹਿੰਦੀ ਆ ਰਿਕਸ਼ਾ ਬੋਲਣਾ ਵਾ ਹਾਂ ਬੋਲੋ ਜੇ ਮੇਰਾ ਨਾਂ ਸੱਸੇ ਨਾਲ ਸ਼ੁਰੂ ਹੁੰਦਾ ਤੇ ਵਿੱਕੀ ਨੇ ਮੇਰਾ ਨਾਮ ਕਾਟ ਦੇਣਾ ਪਰ ਤੈਨੂੰ ਭਾਬੀ ਕਹਿੰਦਾ ਨਾ ਮੇਰਾ ਨਾਂ ਲੈ ਲੈਂਦਾ ਵਾ ਕਈ ਕਰ ਜਾਂਦੇ ਆ ਨਹੀਂ ਨਹੀਂ ਕਿਤੇ ਜਦੋਂ ਵੀਡੀਓ ਬਣਾਈਏ ਨਾ ਉਦੋਂ ਕਈ ਵਾਰੀ ਡਾਇਲੋਗ ਬੋਲਣ ਦੇ ਵਿੱਚ ਨਿੱਕੀ ਦਾ ਫਰਕ ਪੈ ਜਾਂਦਾ ਚਲੋ ਜੀ ਚਲੋ ਫਿਰ ਵਿਆਹ ਪਹੁੰਚ ਕੇ ਵਿਖਾ ਲਈਏ ਤੁਹਾਨੂੰ ਬੱਲੇ ਛੋਟੇ ਸਰਦਾਰ ਜੀ ਤੁਰ ਕੇ ਆਉਣ ਡੇ ਆ ਹੈ ਸ਼ਾਬਾਸ਼ ਲੈ ਪੱਥਰਾਂ ਦੇ ਉੱਤੇ ਥੈਂਕ ਯੂ
ਫੜ ਕੇ ਰਿਆ ਨਿਆਣਿਆਂ ਨੇ ਉੱਪਰ ਦੁਆਲੇ ਹੋ ਗਏ ਤੂੰ ਕਿਹੜੀਆਂ ਬੱਸਾਂ ਰੋਕਾ ਕਰਨੀ ਸਿਟੀ ਮਾਰ ਕੇ ਕਿਹੜੀ ਰੋਕਣੀ ਆ ਚੌਂਕੀ ਰੂਟ ਬੱਸ ਰੋਕਣੀ ਚੱਲ ਆ ਜਾਓ ਆਪਾਂ ਇੱਧਰ ਚੱਲਦੇ ਆ ਕਵਲ ਨੇ ਵੀ ਲੈਣੀ ਸੀਟੀ ਤੁਸੀਂ ਕੀ ਕਰਨੀ ਸੀਟੀ ਚੱਲ ਆ ਜਾਓ ਇੱਧਰ ਚੱਲੀਏ ਕਵਲ ਅਵਲ ਦੇ ਵਿਆਹ ਆਉਂਦੇ ਨੀ ਜਦੋਂ ਆਉਂਦੇ ਤੇ ਖਿੱਚਦੇ ਬੜਾ ਨਿਆਣਿਆਂ ਨੂੰ ਲੈ ਕੇ ਹੁਣ ਇੱਦਾਂ ਹੀ ਸਾਨੂੰ ਵੀ ਸਤਾਉਂਦੇ ਆ ਇਹਨਾਂ ਨੂੰ ਹੈਂਡਲ ਕਰਨਾ ਕਿਤੇ ਸੌਖੀ ਜੀ ਗੱਲ ਆ ਉੱਥੇ ਸਤਾਇਆ ਬੜਾ ਸੀ ਨਿਆਣਿਆਂ ਨੇ ਹੀ ਲੈ ਕੇ ਇੱਧਰ ਆ ਗਏ ਆ ਜਾਓ ਇੱਥੇ ਤੁਹਾਨੂੰ ਖਡਾਈਏ ਤੁਸੀਂ ਮੈਨੂੰ ਪਤਾ ਕਿਹੜਾ ਗਾਣਾ ਯਾਦ ਆਉਣ ਡਿਆ ਪਾਣੀ ਭਰੇ ਦੀ ਖੂਹ ਤੋਂ ਛੀ ਛੀ ਕਮਲ ਪੰਮੀ ਬਾਈ ਛੀ ਛੀ ਕਰਿਓ ਲੈ 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 ਪ੍ਰੀਤੀ ਨੂੰ ਆਪ ਆਉਣ ਨੀ ਡਿਆ ਮੈਨੂੰ ਨੀ ਆਉਂਦਾ ਨਾ ਸਾਹਿਬਾਲ ਵੇਖੀ ਅਸਲ ਚ ਅਸੀਂ ਨਾ ਜਿਹੜੇ ਵਿਆਹ ਆਏ ਆ ਉਹ ਪੈਲਸ ਦੂਜੇ ਪਾਸੇ ਆ ਅਸੀਂ ਨਿਆਣੇ ਸਤਾਉਣ ਬੜਾ ਡੇ ਸੀ ਇੱਧਰ ਲੈ ਆਏ ਖਾਲੀ ਪੈਲਸ ਚ ਹੈਨਾ ਹਾਂ ਮੇਰੀ ਤੇ ਕਰਨ ਦੀ ਰੀਲ ਬਣਾਇਓ ਹਾਂ ਇੱਦਾਂ
ਬਣਾ ਲਓ ਰੀਲ ਆ ਕੀ ਕੀਤਾ ਜੇ ਹਾਂਜੀ ਆ ਕੀ ਕਰੀ ਰੀਲ ਬਣਾਉਣਾ ਰੀਲ ਚਮਕਾ ਪਾ ਤੋੜ ਕੇ ਰੱਖ ਦਿੱਤਾ ਨਾ ਚਿਮਕਾ ਹੁਣ ਇੱਕੋ ਪਾ ਕੇ ਤੁਰੀ ਫਿਰ ਇੱਕੋ ਪਾ ਕੇ ਤੁਰੀ ਫਿਰ ਹੁਣ ਜੁਗਾੜ ਲਾਤਾ ਜੁਗਾੜ ਕਾਹਦਾ ਲਾਤਾ ਕਿੱਦਾਂ ਦਾ ਲਾਇਆ ਅੱਛਾ ਉਹਦੇ ਵਿੱਚੋਂ ਦੀ ਘੁਮਾਤਾ ਹੁਣ ਹੁਣ ਲੈ ਨਹੀਂ ਪਰ ਇਹ ਗੱਲ ਨਹੀਂ ਬਣਨੀ ਗੱਲ ਬਣ ਜਾਣੀ ਆ ਇਹਨੂੰ ਇਦਾਂ ਕਰੋ ਨਾ ਇਦਾਂ ਕਰਕੇ ਅਸਲ ਤੇ ਤੁਸੀਂ ਕੁੰਡੀ ਗਲਤ ਪਾਤੀ ਆ ਨਹੀਂ ਨਹੀਂ ਕੁੰਡੀ ਸਹੀ ਪਾਈ ਆ ਨਹੀਂ ਨਹੀਂ ਕੁੰਡੀ ਇਧਰ ਨੂੰ ਪਾਉਣੀ ਆ ਐ ਨੂੰ ਹਾਂ ਤੇ ਇੱਥੇ ਆ ਨੂੰ ਮੋੜ ਦੋ ਇਦਾਂ ਥਾਂ ਨੂੰ ਮੋੜ ਦੋ ਜਿਹੜਾ ਕੰਨ ਦੇ ਵਿੱਚ ਪੈ ਜੇ ਬਾਚੋ ਰੀਦੀ ਹੁਣ ਨਹੀਂ ਗੱਲ ਬਣਨੀ ਨਹੀਂ ਬਣ ਜਾਣੀ ਆ ਕਰਨ ਤੂੰ ਉਹਦਾ ਨੂੰ ਮਕਾ ਲੈਣੇ ਬੁਲਬਲੇ ਰੁਕ ਜਾ ਜਾ ਕਰਨ ਸਾਹਿਬ ਨੂੰ ਲੈ ਕੇ ਆ ਉਧਰ ਹਾਂ ਇਦਾਂ ਪਾ ਸਾਹਿਬ ਚਲੋ ਰੀਲ ਬਣਾ ਲਈਏ ਰੀਤੀ ਮੇਰਾ ਵਿਚਾਰੀ ਹੱਥ ਟੋਕਾ ਸੀ ਇੱਕ ਰੰਗ ਦੇ ਗੁਲਾਬੀ ਰੰਗ ਦੇ ਮੇਰੇ ਫੇਵਰੇਟ ਸੀ ਨਾਲ ਜੋੜ ਦਾ ਹਾਂ ਬਣ ਗਿਆ ਈ ਚੱਲ ਹੁਣ ਤੂੰ ਇਦਾਂ ਕਰਕੇ ਤੇ ਲਾ ਨਾ ਲਈ ਹਾਂ ਬਣ ਗਈ ਨਹੀਂ ਨਹੀਂ ਰਹਿਣ ਦੋ ਹੁਣ ਨਹੀਂ ਪਤਾ ਲੱਗਦਾ ਇੰਨਾ ਨਹੀਂ ਲੱਗਦਾ ਚਲੋ ਚਲੋ ਇੱਕ ਨੂੰ ਕਾਬੂ ਕਰੀ ਤਾਂ ਦੂਜਾ ਭੱਜ ਜਾਂਦਾ ਹੁਣ ਇਹ ਰੁੱਸ ਗਈ ਆ ਰੀਲ ਬਣਾਈ ਆ ਗੁਰਮੇਰ ਕਰਨ ਛੇਤੀ ਲਿਆ ਫੜ ਕੇ ਇਹਨੂੰ ਕਮਲ ਤੁਸੀਂ ਲੱਗ ਹੈਲਪ ਹੀ ਕਰਾ ਦੋ ਸਾਡੀ ਨਿਆਣਿਆਂ ਨੂੰ ਸਤਾਉਣ ਡੇ ਆ ਜਾ ਵੇ ਵਿਚਾਰੇ ਨੂੰ ਤੁਮ ਲੁਮ 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 ਚਲੋ ਚੱਲੀਏ ਹਾਂਜੀ ਬੈਠੀ ਸਾਡੇ ਨਾਲ ਕਿੱਥੇ ਬੈਠੀ ਆ ਕਿਹੜੇ ਜੰਗਲਾਂ 'ਚ ਹਾਏ ਕਿੱਥੇ ਵੜ ਗਈ ਕਿੱਥੇ ਆ ਹਾਂ ਹਾਏ ਮੈਨੂੰ ਅਜੇ ਤੱਕ ਨਹੀਂ ਦਿਖੀ ਹਾਂ ਹਾਏ ਕਿੱਥੇ ਬੈਠਾ ਕਾਕਾ ਆ ਜਾ ਚੱਲ ਬਾਹਰ ਆ ਜਾ ਆ ਚੱਲੀਏ ਨਹੀਂ ਆਉਣਾ ਤੇ ਫਿਰ ਆਪਾਂ ਚੱਲੇ ਹੀ ਬਾਏ ਚਲੋ ਚੱਲੀਏ ਸਾਰੇ ਜਾਣੇ ਚਲੋ 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 ਆਪੇ ਆ ਜੂਗੀ ਆਉਣਾ ਹੋਊਗਾ ਚਲੋ ਚੱਲ ਆ ਫਿਰ ਉਧਰੋਂ ਦੀ ਆ ਉਤੋਂ ਦੀ ਵਿੱਚੋਂ ਦੀ ਆ ਉਧਰੋਂ ਦੀ ਹਾਂ ਵਿੱਚੋਂ ਦੀ ਆ ਤੁਸੀਂ ਕਿਹੜੀ ਗੱਲ ਰੁੱਚੇ ਜੀ ਇਹ ਪਤਾ ਨਹੀਂ ਮੈਨੂੰ ਕੀ ਕਹਿਣ ਡਿਆ ਪਾ ਮੈਨੂੰ ਵੀ ਕਰ ਦੋ ਮੈਨੂੰ ਵੀ ਕਰ ਦੋ ਪਾ ਮਾਮੀ ਜੀ ਨੂੰ ਪਾ ਕਰ ਦੋ ਹੈ ਜੀ ਤੂੰ ਭਗਤ ਵੇਖੋ ਵਿਆਹ ਵੇਖਣ ਆਇਆ ਕਿਥੇ ਬੈਠਾ ਚਲ ਆ ਜਾ ਉਹਨਾਂ ਨੇ ਕਹਿਣਾ ਸਾਰੇ ਭਗਤੀਆਂ ਕੋ ਕੇ ਚੱਲ ਗਿਆ ਉਹਨਾਂ ਨੇ ਕਹਿਣਾ ਖਾਣ ਪੀ ਕੇ ਚੱਲ ਗਏ ਲੱਗਦਾ ਨਹੀਂ ਨਹੀਂ ਚਲੋ ਚਲੋ ਚਲੋ
ਕੀ ਕਰ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਗੁਰਦੁਆਰਾ ਬਹੁਤ ਚੱਲ ਹੁਣ ਇੱਦਾਂ ਕਰ ਫੇਰ ਕਰ ਆਈ ਜੀ ਵਿਆਹ ਵੇਖ ਲਿਆ ਆਪਾਂ ਸਾਰਿਆਂ ਜਾਣਿਆਂ ਨੇ ਬਹੁਤ ਵਧੀਆ ਤੇ ਬਹੁਤ ਇੰਜੋਇਮੈਂਟ ਕੀਤਾ ਤੇ ਮਜ਼ਾ ਆਇਆ ਤੇ ਵਿਆਹ ਵਾਲੀ ਜੋੜੀ ਬਹੁਤ ਸੋਹਣੀ ਸੀ ਹਾਂਜੀ ਕਿਊਟ ਜੀ ਜੋੜੀ ਸੀ ਖਾਣ ਪੀਣ ਵੀ ਬੜਾ ਟੇਸਟੀ ਸੀ ਬੜੇ ਸਵਾਦ ਪਕੌੜੇ ਸੀ ਰੋਟੀ ਵੀ ਬੜੀ ਸਵਾਦ ਸੀ ਤੇ ਹੁਣ ਆਪਾਂ ਚੱਲੇ ਆ ਭੂਆ ਜੀ ਕੋਲ ਕਿਉਂਕਿ ਜਦੋਂ ਵੀ ਇੱਥੇ ਵਿਆਹ ਸਾਜੀ ਤੇ ਆਈਏ ਭੂਆ ਜੀ ਨੂੰ ਮਿਲੇ ਜਾਈਦਾ ਆਪਾਂ ਕਦੀ ਨਹੀਂ ਗਏ ਹਲਾ ਜਦੋਂ ਵੀ ਇੱਧਰ ਨੂੰ ਆਈਏ ਭੂਆ ਨੂੰ ਮਿਲ ਕੇ ਜਾਈਦਾ ਹੀ ਜਾਈਦਾ ਸਹੀ ਗੱਲ ਆ ਨਾਲੇ ਹਲੇ ਭੂਆ ਜੀ ਸਾਨੂੰ ਕੱਲ ਪਰਸੋਂ ਹੀ ਮਿਲ ਕੇ ਗਏ ਹਨਾ ਹਾਂਜੀ ਹਾਂਜੀ ਪਰ ਫੇਰ ਵੀ ਅਸੀਂ ਲੱਗ ਗਏ ਸੀ ਤੇ ਅਸੀਂ ਹੋ ਕੇ ਜਾਣਾ ਤੇ ਅਸੀਂ ਕਿਹਾ ਚਲੋ ਫੇਰ ਮਿਲ ਜਾਂਦੇ ਆ ਬਾਕੀ ਕਰਨ ਕਿਵੇਂ ਦਾ ਲੱਗਾ ਫਿਰ ਵਿਆਹ ਕਰਨ ਕੀ ਕਹਾਂ ਜੀ ਦੱਸਾਂ ਠਿਆ ਕਿਦਾਂ ਦਾ ਬੜਾ ਵਧੀਆ ਕਰਨ ਬੋਲਦਾ ਨਹੀਂ ਕੀ ਗੱਲ ਆ ਕਰਨ ਦੇ ਅਸਲ ਚ ਜਾਨ ਖਾ ਜ਼ਿਆਦਾ ਲਿਆ ਵਾ ਇਹ ਆਈਸਕ੍ਰੀਮ ਬੜੇ ਵਧੀਆ ਤਰੀਕੇ ਨਾਲ ਖਾਂਦਾ ਉਹ ਮੈਂ ਇੰਸਟਾਗ੍ਰam ਤੇ ਰੀਲ ਪਾਉਂਗਾ ਸਾਰੇ ਜਣੇ ਵੇਖ ਲਓ ਤੇ ਬਹੁਤ ਪਿਆਰ ਨਾਲ ਆਈਸਕ੍ਰੀਮ ਖਾਂਦਾ ਤਰੀਕਾ ਬੜਾ ਵਧੀਆ ਲੱਗਾ ਮੈਨੂੰ ਤੇਰਾ ਅਸੀਂ ਵੀ ਇੱਦਾਂ ਖਾਇਆ ਕਰਾਂ ਅਸੀਂ ਵੀ ਇੱਦਾਂ ਖਾਇਆ ਕਰਨੀ ਹੁਣ ਅਗਲੇ ਵਿਆਹ ਠੀਕ ਹੈ ਕਰਨ ਉਹ ਪਿੱਛੇ ਆ ਗੱਲ ਅੱਜ ਕੱਲ ਦੇ ਨਿਆਣੇ ਆ ਬੜੇ ਐਡਵਾਂਸ ਤੇ ਸਾਨੂੰ ਇਹਨਾਂ ਕੋਲੋਂ ਸਿੱਖਣਾ ਚਾਹੀਦਾ ਕੋਈ ਨਹੀਂ ਚਾਹੀਦਾ ਓਏ ਛਬੂ ਵਿਆਹ ਵਧੀਆ ਵੇਖਿਆ ਛਬੂ ਨੇ ਮੈਂ ਕੱਢ ਪਾਪਾ ਨੂੰ ਆ ਪਾਪਾ
ਚਲੋ ਜੀ ਚੱਲਦੇ ਆ ਭੂਆ ਜੀ ਕੋਲ। ਕਰਨ ਕਿੱਥੇ ਆ? ਗਲੀ ਚੁੱਕੇ ਲੈ ਜੀ ਕਰਨ ਨੇ ਗਾੜੀਓ ਜਾ ਕੇ ਬੂਆ ਨਾ ਬੰਦ ਕਰ ਲਿਆ ਵੇ। ਓਏ ਹੋਏ ਸਾਹਿਬ ਜੀ ਤਾਂ ਜੋਟਾ ਸਰਦਾਰ ਅਸਰਦਾਰ ਵਾਹ ਮੰਜੀਆਂ ਪਹਿਲਾਂ ਹੀ ਡਾਈਆਂ ਹੋਈਆਂ ਨੇ ਹੈਂ ਵਾਹ ਬਈ ਵਾਹ ਜੀ ਕਿੱਥੇ ਸਤਿ ਸ਼੍ਰੀ ਅਕਾਲ ਓ